असली शिवसेना उद्धव ठाकरे होरां दी। उन्होंने पिछले दिन ही कह दिता भी आ पंजाब च जिहड़े बहू बहू करदे फिरदे ने, कहिंदे इहनां नाल साडा कोई लैण देण नहीं हैगा। उद्धव ठाकरे ने इह गल कही। मेरा इक्को इक कहना, अगर केंद्र सरकार किसानां दे दी तरक्की दे लई कोई वधिया कानून लैके आई है, ਉਹਨੂੰ ਸੋਚੇ ਸਮਝੇ ਬਗੈਰ ਜਿਹੜਾ ਅੰਦੋਲਨ ਕਰਨਾ ਬਿਲਕੁਲ ਬੇਵਕੂਫੀ ਹੈ। ਉਹ ਕਹਿੰਦਾ ਵੀ ਕਿਸਾਨ ਅੰਨਦਾਤਾ ਨਹੀਂ, ਅਸੀਂ ਨਹੀਂ ਮੰਨਦੇ ਕਿਸਾਨ ਅੰਨਦਾਤਾ ਹੈ। ਜੇ ਕਿਸਾਨ ਨਹੀਂ ਉਗਾਊਗਾ ਮੈਂ ਉਗਾਊਗਾ, ਮੈਂ ਹੌਜ਼ਰੀ ਨਹੀਂ ਬਣਾਊਗਾ ਕਿਸਾਨ ਬਣਾਊਗਾ। ਇਹਦਾ ਇੱਕ ਧੰਦਾ ਹੈ, ਉਹਨੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਖੇਤੀ ਦਾ ਧੰਦਾ ਅਪਣਾਇਆ। ਤੁਸੀਂ ਕਦੇ ਵੀ ਪੰਜਾਬ ਦੇ ਕਿਸੇ ਮਸਲੇ ਤੇ ਖੜੇ ਹੋ ਜਵਾਬ ਦੇ ਦਿਓ ਇਸ ਗੱਲ ਦਾ। ਅਦਾਨੀ ਅੰਬਾਨੀ ਨੇ ਆਪ ਥੋੜੀ ਆ ਕੇ ਮਸ਼ੀਨਾਂ ਚਲਾਉਣੀਆਂ, ਆਪ ਥੋੜੀ ਆ ਕੇ ਉੱਥੇ ਖੇਤਾਂ ਦੇ ਵਿੱਚੋਂ ਮਾਲ ਚੱਕ ਕੇ ਲੈ ਕੇ ਜਾਣਾ। ਉਹਨੇ ਬੰਦਿਆਂ ਨੂੰ ਹੀ ਕੰਮ ਦੇਣਾ ਹੈ, ਬੰਦਿਆਂ ਨੂੰ ਹੀ ਕੰਮ, ਇਹੀ ਪੰਜਾਬ ਦੇ ਨੌਜਵਾਨ ਨੂੰ ਕੰਮ ਮਿਲਣਾ। ਪੰਜਾਬ ਦੇ ਪਾਣੀਆਂ ਦਾ ਮਸਲਾ, ਕਦੀ ਤੁਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਬੋਲੇ ਹੋ? ਨਸ਼ੇ ਦੇ ਮਸਲੇ ਤੇ ਬੋਲੇ ਹੋ? ਤੁਹਾਡਾ ਸਿਰਫ ਤੇ ਸਿਰਫ ਇਹ ਹੁੰਦਾ ਵੀ ਜਦੋਂ ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗਦਾ ਤੇ ਉਹਦੇ ਵਿਰੋਧ ਦੇ ਵਿੱਚ ਖੜੇ ਹੋ ਜਾਓ। ਜਦੋਂ ਸਾਰੇ ਕਿਸਾਨ ਜਿਹੜੇ ਇਸ ਵੇਲੇ ਦਿੱਲੀ ਬੈਠੇ ਹੋਏ ਨੇ, ਵੱਡੇ ਵੱਡੇ ਲੀਡਰ ਉੱਥੇ ਜਾ ਕੇ ਬਹਿ ਗਏ, ਉਹਨਾਂ ਨੂੰ ਪਤਾ ਪੰਜਾਬ ਖਾਲੀ ਹੈ। ਤੁਸੀਂ ਉਹ ਅਹਿਸਾਨ ਫਰਾਮੋਸ਼ ਗੱਦਾਰ ਲੋਕੋ ਜਿਨ੍ਹਾਂ ਨੇ ਪੰਜਾਬੀ ਸੂਬੇ ਵੇਲੇ ਮਰਦਮਸ਼ੁਮਾਰੀ ਹੋਣੀ ਹੈ, ਬੋਲੀ ਕਿਹੜੀ ਲਿਖਾਓਗੇ? ਤਾਂ ਤੁਸੀਂ ਉੱਥੇ ਹਿੰਦੀ ਲਿਖਾਈ ਸੀ, ਕਿਉਂਕਿ ਚਾਚਾ ਜਿਹੜਾ ਤੁਹਾਡਾ ਨਹਿਰੂ ਹੈ ਉਹਨੇ ਇਹ ਨਾਰਾ ਲਵਾਇਆ ਸੀ, ਜੈ ਜਵਾਨ ਤੇ ਜੈ ਕਿਸਾਨ। ਤੂੰ ਟੀ ਸ਼ਰਟਾਂ ਛੱਡ ਕੇ ਜਾ ਕੇ ਖੇਤੀ ਕਰਕੇ ਦਿਖਾ ਦੇ, 6 ਮਹੀਨੇ ਲਾ ਕੇ ਦਿਖਾ ਦੇ, ਕੋਈ ਇੱਕ ਵਾਰ ਦੀ ਫਸਲ ਜਿਹੜੀ ਹੈ ਜ਼ਮੀਨ ਤੈਨੂੰ ਅਸੀਂ ਠੇਕੇ ਤੇ ਲੈ ਦਿੰਦੇ ਹਾਂ, ਫ੍ਰੀ ਲੈ ਦੇਵਾਂਗੇ। ਹੋਰ ਦੱਸ, ਤੁਸੀਂ ਫਿਰ ਪੰਜਾਬ 'ਚ ਰਹਿ ਕੇ ਪੰਜਾਬ ਦਾ ਖਾ ਕੇ ਤੁਹਾਡੀਆਂ ਟੀ ਸ਼ਰਟਾਂ ਤੁਸੀਂ ਪੰਜਾਬ 'ਚ ਬਣਾ ਰਹੇ ਹੋ ਤੇ ਤੁਸੀਂ ਫਿਰ ਪੰਜਾਬ ਦਾ ਵਿਰੋਧ ਕਰ ਰਹੇ ਹੋ? ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਹੁਣ ਤੁਸੀਂ ਪੰਜਾਬ ਵਾਲੇ ਹੋ, ਇਹਨਾਂ ਨੂੰ ਪੁੱਛੋ, ਆ ਜਿਹੜੇ ਸ਼ਲਾਰੂ ਜੇ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ, ਉਹ ਚਾਰ ਕਾ ਜਾਂਦੇ ਆ, ਅਸੀਂ ਕਿਸਾਨ ਨੂੰ ਅੰਨਦਾਤਾ ਨਹੀਂ ਮੰਨਦੇ। ਅਸੀਂ ਉਧਮ ਠਾਕਰੇ ਹੋਰਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਅਥਾਰਟੀ ਤੁਸੀਂ ਦਿੱਤੀ ਹੋਈ ਹੈ ਤੇ ਉਹ ਇਹਨਾਂ ਤੋਂ ਵਾਪਸ ਲਓ, ਇਹਨਾਂ ਦੇ ਉੱਤੇ ਕੇਸ ਦਰਜ ਕਰੋ ਵੀ ਇਹ ਜਿਹੜੇ ਲੋਕ ਤੁਹਾਡਾ ਨਾਮ ਕਿਵੇਂ ਵਰਤ ਰਹੇ ਨੇ। ਸ਼ਿਵ ਸੈਨਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਿਸਾਨ ਵਿਰੋਧ ਸ਼ੁਰੂ ਕਰ ਦਿੱਤਾ, ਪਹਿਲਾਂ ਤਾਂ ਉਹ ਕੋਈ ਬੋਲਿਆ ਨਹੀਂ। ਮਤਲਬ ਜਦੋਂ ਸਾਰੇ ਕਿਸਾਨ ਜਿਹੜੇ ਇਸ ਵੇਲੇ ਦਿੱਲੀ ਬੈਠੇ ਹੋਏ ਨੇ, ਵੱਡੇ ਵੱਡੇ ਲੀਡਰ ਉੱਥੇ ਜਾ ਕੇ ਬਹਿ ਗਏ, ਉਹਨਾਂ ਨੂੰ ਪਤਾ ਪੰਜਾਬ ਖਾਲੀ ਹੈ ਤੇ ਹੁਣ ਇੱਥੇ ਕੋਈ ਵੱਡਾ ਇਹਨਾਂ ਦਾ ਲੀਡਰ ਹੈ ਨਹੀਂ, ਸਾਨੂੰ ਕੋਈ ਵੀ ਕਹਿਣ ਵਾਲਾ ਨਹੀਂ, ਪੰਜਾਬ ਦੀ ਨੌਜਵਾਨੀ ਵੀ ਜਿਹੜੀ ਉਹ ਦਿੱਲੀ ਜਾ ਕੇ ਬੈਠ ਗਈ ਹੈ। ਸੋ ਟਾਵੇਂ ਟਾਵੇਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਉਹ ਕਹਿੰਦਾ ਵੀ ਕਿਸਾਨ ਅੰਨਦਾਤਾ ਨਹੀਂ, ਅਸੀਂ ਨਹੀਂ ਮੰਨਦੇ ਕਿਸਾਨ ਅੰਨਦਾਤਾ ਹੈ। ਪਹਿਲੀ ਗੱਲ ਤਾਂ ਉਹਨੇ ਇਹ ਕਹੀ ਹੈ ਵੀ ਪਹਿਲਾਂ ਆਪਣੇ ਜਾ ਕੇ ਚਾਚੇ ਨੂੰ, ਚਾਚਾ ਨਹਿਰੂ ਜਿਹੜਾ ਹੈ ਉਹਨੂੰ ਜਾ ਕੇ ਪੁੱਛੋ, ਪਹਿਲਾਂ ਤੁਸੀਂ ਉਹਨੂੰ ਗਲਤ ਕਹੋ ਜਿਹਨੂੰ ਚਾਚਾ ਕਿਹਾ ਹੋਇਆ, ਕਿਉਂਕਿ ਚਾਚਾ ਜਿਹੜਾ ਤੁਹਾਡਾ ਨਹਿਰੂ ਹੈ ਉਹਨੇ ਇਹ ਨਾਰਾ ਲਵਾਇਆ ਸੀ ਜੈ ਜਵਾਨ ਤੇ ਜੈ ਕਿਸਾਨ। ਉਹਨੇ ਇਹ ਨਾਰਾ ਕਿਉਂ ਲਵਾਇਆ, ਉਹਨੇ ਕਿਉਂ ਜੈ ਕੀਤੀ? ਪਹਿਲੀ ਗੱਲ ਤਾਂ ਇਹ ਹੈਗੀ ਆ। ਦੂਜੀ ਗੱਲ ਇਹ ਕਹਿੰਦਾ ਵੀ ਇੱਕ ਸ਼ਿਵ ਸੈਨਾ ਦਾ ਆਗੂ ਕਹਿ ਰਿਹਾ ਸੀ ਵੀ ਮੇਰਾ ਟੀ ਸ਼ਰਟਾਂ ਬਣਾਉਣ ਦਾ ਕੰਮ ਹੈ, ਫਿਰ ਮੈਂ ਟੀ ਸ਼ਰਟਾਂ ਦਾ ਜਿਹੜਾ ਰੱਬ ਹੋ ਗਿਆ, ਮਤਲਬ ਕਿ ਇੱਕ ਮੇਰਾ ਆਹ, ਮੈਂ ਆਹ ਦੇਵਤਾ ਹੋ ਗਿਆ ਫਲਾਨਾ ਟੀ ਸ਼ਰਟਾਂ ਬਣਾਉਣ ਵਾਲਾ, ਇਹ ਕਿੱਦਾਂ ਹੋ ਗਿਆ? ਸੋ ਜਿੱਥੇ ਟੀ ਸ਼ਰਟਾਂ ਦੀ ਗੱਲ ਆਉਂਦੀ ਹੈ ਜਾਂ ਕੱਪੜਿਆਂ ਦੀ ਜਾਂ ਇਹਨਾਂ ਦੁਨਿਆਵੀ ਚੀਜ਼ਾਂ ਦੀ, ਇਹ ਤੁਹਾਡੀਆਂ ਉਹ ਲੋੜਾਂ ਨਹੀਂ ਹੈਗੀਆਂ ਵੀ ਜਿਹੜੀਆਂ ਤੁਸੀਂ ਜਿਸ ਤੋਂ ਬਿਨਾਂ ਜੀ ਨਹੀਂ ਸਕਦੇ। ਹੁਣ ਟੀ ਸ਼ਰਟਾਂ ਖਾ ਕੇ ਤਾਂ ਨਹੀਂ ਜੀ ਸਕਦੇ ਤੁਸੀਂ, ਟੀ ਸ਼ਰਟਾਂ ਜੇ ਤੂੰ ਬਣਾਉਣਾ ਹੈ ਤਾਂ ਉਹ ਫੈਸ਼ਨ ਆ, ਉਹ ਲੋਕਾਂ ਦੇ ਕੱਪੜੇ ਨੇ। ਲੋਕ ਤਾਂ ਪਹਿਲਾਂ ਆਦਿ ਮਾਨਵ ਜਦੋਂ ਸੀ ਉਹ ਤਾਂ ਕੱਪੜੇ ਵੀ ਨਹੀਂ ਸੀ ਪਾਉਂਦੇ ਹੁੰਦੇ, ਸੋ ਉੱਥੇ ਤੇਰੀਆਂ ਟੀ ਸ਼ਰਟਾਂ ਕਿੱਥੇ ਗਈਆਂ ਸੀ? ਪਰ ਆਦਿ ਮਾਨਵਾਂ ਦੇ ਵੇਲੇ ਅਨਾਜ ਜਿਹੜਾ ਹੈ, ਅੰਨ ਉਸ ਵੇਲੇ ਵੀ ਉਗਾਇਆ ਗਿਆ ਸੀ, ਉਸ ਵੇਲੇ ਵੀ ਉਹ ਲੋਕ ਅੰਨ ਖਾਂਦੇ ਸੀ ਤੇ ਉਹ ਉਸ ਵੇਲੇ ਤੋਂ ਲੈ ਕੇ ਉਹ ਚੱਲਿਆ ਆਉਂਦਾ ਧਰਤੀ ਦੇ ਵਿੱਚ ਬੀਜਣ ਵਾਲੀ ਚੀਜ਼ ਆ। ਤੂੰ ਟੀ ਸ਼ਰਟਾਂ ਛੱਡ ਕੇ ਜਾ ਕੇ ਖੇਤੀ ਕਰਕੇ ਦਿਖਾ ਦੇ, 6 ਮਹੀਨੇ ਲਾ ਕੇ ਦਿਖਾ ਦੇ, ਕੋਈ ਇੱਕ ਵਾਰ ਦੀ ਫਸਲ ਜਿਹੜੀ ਹੈ, ਮਤਲਬ ਕਿ ਕਣਕ ਦੇ ਟਾਈਮ ਤੇ ਕਣਕ ਜਾਂ ਫਿਰ ਝੋਨੇ ਵੇਲੇ ਝੋਨਾ, ਇੱਕ ਵਾਰੀ 6 ਮਹੀਨਿਆਂ ਦਾ ਜਿਹੜਾ ਹੈ ਤੂੰ ਆਪਣਾ ਉਹ ਸਰਕਲ ਬਣਾ ਕੇ ਚਲਾ ਕੇ ਦਿਖਾ ਦੇ, ਜ਼ਮੀਨ ਤੈਨੂੰ ਅਸੀਂ ਠੇਕੇ ਤੇ ਲੈ ਦਿੰਦੇ ਹਾਂ, ਫ੍ਰੀ ਲੈ ਦੇਵਾਂਗੇ। ਹੋਰ ਦੱਸ, ਬਹੁਤ ਸਾਰੇ ਪੰਜਾਬੀ ਜਿਹੜੇ ਹੈ ਤੈਨੂੰ ਜ਼ਮੀਨ ਦੇਣ ਨੂੰ ਤਿਆਰ ਹੋ ਜਾਣਗੇ ਜੇ ਤੂੰ ਇਹ ਗੱਲ ਦਾ ਚੈਲੰਜ ਕਰਦਾ। ਇਹ ਚੈਲੰਜ ਭਰਪੂਰ ਕੰਮ ਹੁੰਦਾ, 6 ਮਹੀਨੇ ਇੱਕ ਕਿਸਾਨ ਕਿਵੇਂ ਖੂਨ ਪਸੀਨਾ ਵਹਾਉਂਦਾ, ਵੱਟਾਂ ਜਿਹੜੀਆਂ ਹੈ ਉਹਨਾਂ ਨੂੰ ਕਿਵੇਂ ਜਿਹੜਾ ਆਪਣੇ ਵੱਲ ਨੂੰ ਕਰਨਾ ਹੁੰਦਾ, ਜਾਂ ਫਿਰ ਜਿਹੜੇ ਖਾਲ ਬਣਾਉਣੇ ਹੁੰਦੇ ਆ, ਜਾਂ ਫਿਰ ਖਾਦਾਂ, ਜਾਂ ਫਿਰ ਹੋਰ ਜਿਹੜਾ ਉੱਥੇ ਸਾਜੋ ਸਮਾਨ, ਸੱਪਾਂ ਦੀਆਂ ਸਿਰੀਆਂ ਦੇ ਉੱਤੇ ਪੈਰ ਰੱਖਣਾ ਪੈਂਦਾ, ਤੁਹਾਡੇ ਵਰਗੇ ਬੈਠ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਗੱਲਾਂ ਮਾਰਦੇ ਨੇ। ਦੂਸਰੀ ਗੱਲ ਤੁਸੀਂ ਕਹਿੰਦੇ ਹੋ ਭਈ ਅਸੀਂ ਇਸ ਕਿਸਾਨ ਸੰਘਰਸ਼ ਦਾ ਵਿਰੋਧ ਕਰਦੇ ਹਾਂ, ਇਹਦੇ ਤੋਂ ਸਾਨੂੰ ਕੋਈ ਵੀ ਜ਼ਿਆਦਾ ਹੈਰਾਨੀ ਨਹੀਂ ਹੋਈ ਤੁਹਾਡੇ ਇਸ ਬਿਆਨ ਤੋਂ, ਕਿਉਂਕਿ ਤੁਸੀਂ ਉਹ ਅਹਿਸਾਨ ਫਰਾਮੋਸ਼ ਗੱਦਾਰ ਲੋਕੋ ਜਿਨ੍ਹਾਂ ਨੇ ਪੰਜਾਬੀ ਸੂਬੇ ਵੇਲੇ ਜਦੋਂ ਤੁਸੀਂ ਰਹਿਣਾ ਪੰਜਾਬ 'ਚ ਤੇ ਬੋਲੀ, ਫਿਰ ਉਹਨਾਂ ਨੇ ਜਦੋਂ ਕਿਹਾ ਮਰਦਮਸ਼ੁਮਾਰੀ ਹੋਣੀ ਹੈ, ਬੋਲੀ ਕਿਹੜੀ ਲਿਖਾਓਗੇ, ਤਾਂ ਤੁਸੀਂ ਉੱਥੇ ਹਿੰਦੀ ਲਿਖਾਈ ਸੀ। ਸਾਡਾ ਹਿੰਦੀ ਨਾਲ ਵਿਰੋਧ ਨਹੀਂ, ਪਰ ਪੰਜਾਬ ਜਿੱਥੋਂ ਦੀ ਮੇਨ ਆਪਾਂ ਕਹਿ ਲਈਏ ਸਾਡੀ ਮਾਂ ਬੋਲੀ ਪੰਜਾਬੀ ਹੈ, ਤੁਹਾਡੇ ਵਰਗੇ ਹੀ ਉਹ ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਵੀ ਪੰਜਾਬ ਦਾ ਵਿਰੋਧ ਕੀਤਾ, ਅੱਜ ਤੁਸੀਂ ਫਿਰ ਪੰਜਾਬ 'ਚ ਰਹਿ ਕੇ ਪੰਜਾਬ ਦਾ ਖਾ ਕੇ ਤੁਹਾਡੀਆਂ ਟੀ ਸ਼ਰਟਾਂ ਤੁਸੀਂ ਪੰਜਾਬ 'ਚ ਬਣਾ ਰਹੇ ਹੋ ਅਤੇ ਤੁਸੀਂ ਫਿਰ ਪੰਜਾਬ ਦਾ ਵਿਰੋਧ ਕਰ ਰਹੇ ਹੋ? ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਅੱਜ ਕਿਸਾਨਾਂ ਦੇ ਵਿਰੁੱਧ ਭੁਗਤ ਰਹੇ ਹੋ।
ਤੁਹਾਡਾ ਇਹ ਪੁਰਾਣਾ ਚੱਲਿਆ ਆਉਂਦਾ ਕੰਮ ਹੈ, ਤੁਸੀਂ ਬਹੁਤ ਲੰਬੇ ਸਮੇਂ ਤੋਂ ਇਹ ਸਾਰਾ ਕੁਛ ਜਿਹੜਾ ਲੈ ਕੇ ਚੱਲਦੇ ਆਉਂਦੇ ਹੋ। ਸ਼ਿਵ ਸੈਨਾ ਜਿਹੜੇ ਵੀ ਲੋਕ, ਅਸੀਂ ਸਾਰੀ ਸ਼ਿਵ ਸੈਨਾ ਨੂੰ ਨਹੀਂ ਕਹਿੰਦੇ, ਅਸਲੀ ਸ਼ਿਵ ਸੈਨਾ ਉਧਵ ਠਾਕਰੇ ਹੋਰਾਂ ਦੀ, ਉਹਨਾਂ ਨੇ ਪਿਛਲੇ ਦਿਨੀ ਕਹਿ ਦਿੱਤਾ ਵੀ ਆਹ ਪੰਜਾਬ 'ਚ ਜਿਹੜੇ ਬਹੁ ਬਹੁ ਕਰਦੇ ਫਿਰਦੇ ਨੇ, ਕਹਿੰਦੇ ਇਹਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ। ਉਧਵ ਠਾਕਰੇ ਨੇ ਇਹ ਗੱਲ ਕਹੀ ਹੈ, ਇਹ ਗੱਲਾਂ ਇਹਨਾਂ ਨੂੰ ਪੁੱਛੋ, ਸਵਾਲ ਪੁੱਛੋ ਵੀ ਭਾਈ ਤੁਸੀਂ ਕਿਹੜੀ ਸ਼ਿਵ ਸੈਨਾ ਬਣਾ ਕੇ ਬੈਠੇ ਹੋਏ ਹੋ ਪੰਜਾਬ 'ਚ, ਤੁਹਾਨੂੰ ਤਾਂ ਉਹ ਮੇਨ ਬੰਦਾ ਜਿਹੜਾ ਬਾਲ ਠਾਕਰੇ ਦਾ ਮੁੰਡਾ ਜਿਹੜਾ ਇਸ ਵੇਲੇ ਪੂਰੇ ਜਿਹੜਾ ਦੇਸ਼ ਦੇ ਵਿੱਚ ਆਪਣਾ ਸ਼ਿਵ ਸੈਨਾ ਦਾ ਇੱਕ ਆਪਾਂ ਕਹਿ ਲਈਏ ਵੀ ਪੈਰੋਕਾਰ ਹੈ, ਜਾਂ ਫਿਰ ਕਹਿ ਲਈਏ ਵੀ ਉੱਥੋਂ ਹੀ ਸ਼ੁਰੂ ਹੁੰਦੀ ਆ, ਫਾਊਂਡਰ ਕਹਿ ਸਕਦੇ ਆਪਾਂ। ਸੋ ਉਹ ਗੱਲ ਇਹ ਕਹਿ ਰਿਹਾ ਵੀ ਭਾਈ ਇਹ ਜਿਹੜੀ ਪੰਜਾਬ 'ਚ ਜਿਹੜੇ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਹੁਣ ਤੁਸੀਂ ਪੰਜਾਬ ਵਾਲਿਓ ਇਹਨਾਂ ਨੂੰ ਪੁੱਛੋ, ਆਹ ਜਿਹੜੇ ਸ਼ਲਾਰੂ ਜੇ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ, ਕੋਈ ਚਾਰਕ ਆ ਜਾਂਦੇ ਆ, ਅਸੀਂ ਕਿਸਾਨ ਨੂੰ ਅੰਨਦਾਤਾ ਨਹੀਂ ਮੰਨਦੇ, ਇਹਨਾਂ ਨੂੰ ਕਹੋ ਫਿਰ ਜਦੋਂ ਕਣਕ ਲੈਣ ਜਾਂਦੇ ਹੁੰਦੇ ਉੱਥੇ, ਜਾਂ ਜਿਹੜੀਆਂ ਚਾਰਕ ਰੱਖ ਕੇ ਪੰਜ ਕੁ ਜਿਹੜੇ ਪਰੌਂਠੇ ਛੱਕਦੇ ਹੋ ਸਵੇਰੇ ਦਹੀਂ ਦੇ ਨਾਲ, ਵੀ ਲਿਆ ਹੋਰ ਲਿਆ ਇੱਕ, ਉਹ ਕਿੱਥੋਂ ਆਉਂਦੇ ਨੇ ਉਹ? ਜਿਹੜੇ ਤੁਹਾਡੇ ਬੱਚੇ ਜਿਹੜੇ ਪੀਜ਼ੇ ਛੱਕਦੇ ਨੇ ਉਹ ਵੀ ਕਣਕ ਤੋਂ ਹੀ ਬਣਦੇ ਨੇ ਕਿਸਾਨਾਂ ਦੀ ਤੋਂ। ਇਹ ਗੱਲਾਂ ਇਹ ਤੁਸੀਂ ਅਹਿਸਾਨ ਫਰਾਮੋਸ਼, ਤੁਸੀਂ ਗੱਦਾਰ ਲੋਕ ਹੋ, ਅਸੀਂ ਸ਼ਰਿਆਂ ਮੈਂ ਇਹ ਗੱਲ ਕਹਿੰਦੇ ਹਾਂ ਵੀ ਤੁਹਾਡੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਦਾਰੀਆਂ ਉਹ ਤੁਹਾਡੇ ਖਾਨਦਾਨਾਂ 'ਚ ਚੱਲਦੀਆਂ, ਜਿਵੇਂ ਧਰਮਿੰਦਰ ਵਾਲਾ ਗੱਲ ਜਿਹੜਾ ਖਾਨਦਾਨ ਹੋ ਗਿਆ, ਇਸੇ ਤਰ੍ਹਾਂ ਤੁਹਾਡੇ ਵੀ ਅੱਗੋਂ ਇਹੋ ਜਿਹੇ ਲੋਕ ਹੋਣਗੇ। ਪਰ ਬੇਨਤੀ ਕਰਦੇ ਹਾਂ ਵੀ ਜਿਹੜੇ ਸੁਹਿਰਦ ਸ਼ਿਵ ਸੈਨਾ ਦੇ ਲੋਕ ਵੀ ਨੇ, ਪੰਜਾਬ ਦੇ ਹੋਣ ਚਾਹੇ ਹਿੰਦੁਸਤਾਨ, ਭਾਰਤ ਦੇ ਜਿੱਥੋਂ ਦੇ ਮਰਜ਼ੀ, ਉਹ ਇਹੋ ਜਿਹੇ ਲੋਕਾਂ ਨੂੰ ਆਪਣੀਆਂ ਜਥੇਬੰਦੀਆਂ 'ਚੋਂ ਬਾਹਰ ਦਾ ਰਸਤਾ ਦਿਖਾਓ ਜਿਹੜੇ ਅੱਗ ਲਾ ਰਹੇ ਨੇ। ਜਿੱਥੇ ਇੱਕ ਪਾਸੇ ਪੂਰਾ ਪੰਜਾਬ ਦਿੱਲੀ ਦੇ ਵਿੱਚ ਬੈਠਾ, ਇਹ ਕਹੀ ਜਾਂਦੇ ਵੀ ਅਸੀਂ ਨਹੀਂ ਮੰਨਦੇ ਸਾਡੇ ਮੋਦੀ ਸਾਹਿਬ ਨੂੰ, ਐਂ ਕਹੀ ਜਾਂਦੇ ਆ। ਜੇਕਰ ਅੱਜ ਮੋਦੀ ਸਾਹਿਬ ਨੇ ਬਿੱਲ ਲਿਆਂਦੇ ਆ ਤਾਂ ਵਿਰੋਧ ਹੋ ਰਿਹਾ, ਉਹ ਕਹਿੰਦਾ ਬਿੱਲਾਂ ਦਾ ਵਿਰੋਧ ਤੁਸੀਂ ਕਰੋ, ਤੁਸੀਂ ਮੋਦੀ ਸਾਹਿਬ ਦਾ ਕਰੀ, ਉਹ ਲਿਆਂਦੇ ਕਿੰਨੇ ਨੇ? ਉਹ ਬੀਜੇਪੀ ਵਾਲਿਆਂ ਨੇ ਤੁਹਾਡੇ ਜਿਹੜੇ ਹੈ ਉਹ ਕਾਨੂੰਨ ਬਣਾਏ ਆ, ਉਹ ਬਾਰ ਬਾਰ ਕਹੀ ਜਾਂਦੇ ਵੀ ਅਸੀਂ ਬਣਾਏ ਆ, ਅਸੀਂ ਨਹੀਂ ਵਾਪਸ ਕਰਨੇ, ਵਿਰੋਧ ਤਾਂ ਇਸੇ ਗੱਲ ਦਾ ਹੋ ਰਿਹਾ। ਇੱਕ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਵਿਰੋਧ ਕਿਉਂ? ਆ ਜਾ ਕੇ ਅਸਲ ਦੇ ਵਿੱਚ ਇਹ ਲੋਕ ਗੱਦਾਰ ਨੇ, ਇਹਨਾਂ ਨੇ ਕਦੇ ਵੀ ਪੰਜਾਬ ਦਾ ਕੋਈ ਵੀ ਮਸਲਾ ਹੋਇਆ ਉਹਦੇ ਉੱਤੇ ਕਦੇ ਵੀ ਪੰਜਾਬੀਆਂ ਦੇ ਨਾਲ ਨਹੀਂ ਖੜੇ। ਇਹ ਚੰਦ ਲੋਕ ਨੇ, ਆਪਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂ ਭਰਾਵਾਂ ਨੂੰ ਵੀ ਜਾਣਦੇ ਹਾਂ, ਉਹ ਵੀ ਇਹਨਾਂ ਨੂੰ ਚੰਗਾ ਨਹੀਂ ਸਮਝਦੇ। ਇਹ ਕੁਛ ਕੁ ਲੋਕ ਹੈਗੇ ਨੇ ਐਸੇ ਲੋਕ ਜਿਹੜੇ ਦੋ ਜਿਹੜੇ ਹੈ ਕਮਿਊਨਿਟੀਆਂ ਦੇ ਵਿੱਚ ਐਸਾ ਫਸਾਦ ਪੈਦਾ ਕਰਦੇ ਨੇ। ਇੱਕ ਇਹਨਾਂ ਦਾ ਸੂਰੀ ਸੀਗਾ, ਉਹ 6-7 ਮਹੀਨੇ ਪਹਿਲਾਂ ਲਾ ਕੇ ਆਇਆ ਜੇਲ੍ਹ ਦੇ ਵਿੱਚ, ਹੁਣ ਆਉਂਦੇ ਨੇ ਉਹਨੇ ਵੀ ਬਕਵਾਸ ਸ਼ੁਰੂ ਕਰ ਦਿੱਤੀ ਹੈ ਕਿ ਉੱਥੇ ਆਹ ਬੈਠੇ ਹੋਏ, ਇੱਥੇ ਆਹ ਬੈਠੇ ਹੋਏ ਆ। ਤੁਸੀਂ ਕਦੇ ਵੀ ਪੰਜਾਬ ਦੇ ਕਿਸੇ ਮਸਲੇ 'ਤੇ ਖੜ੍ਹੇ ਹੋ, ਜਵਾਬ ਦੇ ਦਿਓ ਇਸ ਗੱਲ ਦਾ। ਪੰਜਾਬ ਦੇ ਪਾਣੀਆਂ ਦਾ ਮਸਲਾ, ਕਦੀ ਤੁਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਬੋਲੇ ਹੋ? ਕਦੀ ਨਸ਼ੇ ਦੇ ਮਸਲੇ 'ਤੇ ਬੋਲੇ ਹੋ? ਤੁਹਾਡਾ ਸਿਰਫ਼ ਅਤੇ ਸਿਰਫ਼ ਇਹ ਹੁੰਦਾ ਵੀ ਜਦੋਂ ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗਦਾ ਤਾਂ ਉਹਦੇ ਵਿਰੋਧ ਦੇ ਵਿੱਚ ਖੜ੍ਹੇ ਹੋ ਜਾਓ। ਇੱਕ ਦਿਨ ਮੈਂ ਪੜ੍ਹ ਰਿਹਾ ਸੀਗਾ, ਕਿਸੇ ਨੇ ਪੋਸਟ ਪਾਈ ਬੜੀ ਹਾਸੋਹੀਣੀ, ਕਹਿੰਦਾ ਸ਼ਿਵ ਸੈਨਾ ਪਹਿਲੀ ਇੱਕ ਐਸੀ ਸੈਨਾ ਜਿਹਨੂੰ ਖੁਦ ਸਿਕਿਉਰਿਟੀ ਦੀ ਲੋੜ ਪੈਂਦੀ, ਕਹਿੰਦਾ ਦੁਨੀਆਂ ਦੀ ਐਸੀ ਜਿਹੜੀ ਸੈਨਾ ਹੈ। ਖੈਰ ਉਹਨਾਂ ਦੇ ਆਪਣੇ ਵਿਚਾਰ ਨੇ, ਉਹ ਪੋਸਟਾਂ ਤਾਂ ਚਲੋ ਪੈਂਦੀਆਂ ਰਹਿੰਦੀਆਂ। ਅਸੀਂ ਉਧਵ ਠਾਕਰੇ ਹੋਰਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਇਹੋ ਜਿਹੇ ਲੋਕਾਂ ਨੂੰ, ਇਹਨਾਂ ਦੀ ਜਿਹੜੀ ਕੋਈ ਐਸਾ ਕੁਛ ਇਹਨਾਂ ਨੂੰ ਕੋਈ ਅਥਾਰਟੀ ਤੁਸੀਂ ਦਿੱਤੀ ਹੋਈ ਹੈ ਤਾਂ ਉਹ ਇਹਨਾਂ ਤੋਂ ਵਾਪਸ ਲਓ, ਅਖਬਾਰਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਛਪਾਓ ਵੀ ਇਹ ਭਾਈ ਸ਼ਿਵ ਸੈਨਾ ਨਹੀਂ, ਤੁਹਾਡਾ ਇੱਕ ਬ੍ਰਾਂਡ ਨੇਮ ਹੈ, ਜਾਂ ਕਹਿ ਲਈਏ ਵੀ ਤੁਹਾਡੀ ਜਥੇਬੰਦੀ ਦਾ ਨੇਮ ਹੈ, ਇਹਨੂੰ ਤੁਸੀਂ ਰਜਿਸਟਰ ਕਰਵਾਇਆ ਹੋਏਗਾ, ਇਹਨਾਂ ਤੋਂ ਉਹ ਵਾਪਸ ਲਓ, ਇਹਨਾਂ ਦੇ ਉੱਤੇ ਕੇਸ ਦਰਜ ਕਰੋ ਵੀ ਇਹ ਜਿਹੜੇ ਲੋਕ ਤੁਹਾਡਾ ਨਾਮ ਕਿਵੇਂ ਵਰਤ ਰਹੇ ਨੇ, ਅਤੇ ਉਹਨੂੰ ਅੱਗੋਂ ਫਿਰ ਸਿੱਖਾਂ ਦੇ ਵਿੱਚ ਜਾਂ ਅਸਲ ਜਿਹੜੇ ਹਿੰਦੂ ਹੈ ਨੇ ਉਹਨਾਂ ਦੇ ਵਿੱਚ ਕਿਵੇਂ ਇਹ ਭਰਮ ਪੈਦਾ ਕਰ ਰਹੇ ਆ ਤੁਹਾਡੀ ਸੈਨਾ ਦਾ ਨਾਮ ਵਰਤ ਕੇ। ਤਾਜ਼ਾ ਖਬਰਾਂ ਅਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪ੍ਰਾਈਡ ਪੰਜਾਬ ਟੀਵੀ, ਅਤੇ ਸਾਡਾ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ, ਅਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।